ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਦੇ ਆਰੋਪੀ ਫੜਨ ਵਿੱਚ ਪੰਜਾਬ ਪੁਲਿਸ ਰਹੀ ਨਾਕਾਮ। ਪਿਛਲੇ 6 ਮਈ ਤੋਂ 11 ਮਈ ਤੱਕ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਹੋਏ 3 ਧਮਾਕਿਆਂ ਨੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਜ਼ਰੂਰ ਪੈਦਾ ਕੀਤਾ, ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਦਦ ਨਾਲ ਪੰਜਾਬ ਪੁਲਿਸ ਨੇ ਇਹਨਾਂ ਧਮਾਕੇ ਕਰਨ ਵਾਲੇ 5 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ DGP ਪੰਜਾਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਪੰਜਾਬ ਪੁਲਿਸ ਦੀ ਤਾਰੀਫ ਕੀਤੀ ਅਤੇ SGPC ਦਾ ਧੰਨਵਾਦ ਵੀ ਕੀਤਾ। ਅਤੇ ਹੁਣ ਇਹਨਾਂ ਧਮਾਕਿਆਂ ਦੇ ਉੱਪਰ ਸਿਆਸਤ ਹੋਣੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਭਾਜਪਾ ਨੇਤਾ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਪੰਜਾਬ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੇ ਸਵਾਲ ਚੁੱਕੇ ਗਏ ਸਨ। ਪੰਜਾਬ ਪੁਲਿਸ ਦਾ ਸਭ ਤੋਂ ਵੱਡਾ ਫੇਲੀਅਰ ਦੱਸਿਆ ਗਿਆ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪਹਿਲਾਂ ਵਿਰਾਸਤੀ ਮਾਰਗ ਉੱਪਰ ਹੋਏ ਧਮਾਕਿਆਂ ਦੀ ਪੁਲਿਸ ਜਾਂਚ ਦੀ ਕਰਦੀ ਰਹੀ ਅਤੇ ਫਿਰ ਪੁਲਿਸ ਵੱਲੋਂ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ ਗਿਆ ਕਿ ਪਹਿਲਾ ਬੰਬ ਧਮਾਕਾ ਨਹੀਂ ਹੋਇਆ, ਉਹ ਸਿਰਫ ਰੈਸਟੋਰੈਂਟ ਦੀ ਚਿਮਣੀ 'ਚ ਗੈਸ ਨਾਲ ਧਮਾਕਾ ਹੋਇਆ। ਪਹਿਲਾਂ ਤਾਂ ਪੁਲਿਸ ਪੰਜਾਬ ਨੇ ਲੋਕਾਂ ਨੂੰ ਉਸ ਸਪਸ਼ਟੀਕਰਨ ਦੇਵੇ ਅਤੇ ਅੱਜ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਨਿਵਾਸ ਸਰਾਂ ਦੇ ਨਜ਼ਦੀਕ ਹੋਏ ਧਮਾਕੇ ਤੋਂ ਬਾਅਦ ਵੀ ਪੁਲਿਸ ਹੱਥ ਖਾਲੀ ਹੀ ਰਹਿਣਾ ਸੀ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ CCTV ਕੈਮਰੇ 'ਤੇ ਬੈਠੀ SGPC ਦੇ ਮੁਲਾਜ਼ਮਾਂ ਵੱਲੋਂ ਆਪਣੀ ਚੁਸਤੀ ਅਤੇ ਬਹਾਦਰੀ ਨਾਲ ਦਿਖਾਏ ਹੋਏ 5 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਔਰ ਸ਼੍ਰੀ ਦਰਬਾਰ ਸਾਹਿਬ ਦੇ ਇਰਦ ਗਿਰਦ ਲਗਾਤਾਰ 6 ਤਰੀਕ ਤੋਂ ਲੈ ਕੇ 11 ਮਈ ਤੱਕ 3 ਧਮਾਕੇ ਹੋਏ ਨੇ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਪਹਿਲੇ ਦਿਨ 6 ਮਈ ਨੂੰ ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖ ਜਗਤ ਨੂੰ ਇਹ ਬਰੀਫ ਕਰਦੇ ਹੈ ਕਿ ਇਹ ਇੱਕ ਚਿਮਣੀ ਦਾ ਧਮਾਕਾ ਆ ਜਿਹੜੀ ਹੈਰੀਟੇਜ ਸਟਰੀਟ ਦੇ ਉੱਤੇ ਸੀਗੀ। ਲੋਕਾਂ ਨੂੰ ਵੀ ਇਹੀ ਹੋਇਆ ਕਿ ਸ਼ਾਇਦ ਇੱਥੇ ਤਾਂ ਕਦੇ ਕੋਈ ਦੂਸਰੀ ਗੱਲ ਸੋਚੀ ਨਹੀਂ ਜਾ ਸਕਦੀ ਕਿ ਚਿਮਣੀ ਦਾ ਹੀ ਹੋਊਗਾ। ਜਦੋਂ ਦੂਜੀ ਵਾਰ ਹੁੰਦਾ ਆ ਲਗਾਤਾਰ ਧਮਾਕਾ ਅਤੇ ਉਸ ਤੋਂ ਹਟ ਕੇ ਥੋੜ੍ਹੀ ਥਾਂ 'ਤੇ ਹੁੰਦਾ ਆ, ਫਿਰ ਉਹੀ ਪੁਲਿਸ ਕਹਿੰਦੀ ਹੈ ਕਿ ਇਹ ਧਮਾਕਾ ਆ ਪਰ ਘੱਟ ਤੀਵਰਤਾ ਵਾਲਾ ਆ ਔਰ ਇਹਦੇ 'ਚ IED ਯੂਜ਼ ਕੀਤਾ ਗਿਆ, IED ਦੀ ਵਰਤੋਂ ਕੀਤੀ ਗਈ ਹੈ। ਸਾਡਾ ਇਹ ਸਵਾਲ ਹੈ ਕਿ ਜਦੋਂ ਪਹਿਲਾ ਧਮਾਕਾ ਹੋਇਆ ਸੀ ਤਾਂ ਪੁਲਿਸ ਨੇ ਕਿਹੜੇ ਤੱਥਾਂ ਦੇ ਆਧਾਰ 'ਤੇ ਕਹਿਤਾ ਕਿ ਇਹ ਚਿਮਣੀ ਦੇ ਵਿੱਚੋਂ ਧਮਾਕਾ ਹੋਇਆ? ਕਿਉਂਕਿ ਜਿਹੜਾ ਦੂਜਾ ਧਮਾਕਾ ਹੋਇਆ ਆ ਅਤੇ ਪਹਿਲਾ ਧਮਾਕਾ ਹੋਇਆ ਸੇਮ ਬਰੂਦ ਹੈ, ਸੇਮ ਮਸਾਲਾ ਆ, ਅਤੇ ਜੇ ਉਹਦੇ ਤੱਥ ਘੋਖੋਗੇ ਜਾਂ ਉਹਨੂੰ ਫਰੈਂਸਿਕ ਤੌਰ 'ਤੇ ਚੈੱਕ ਕਰੋਗੇ ਤਾਂ ਸਾਰਾ ਮਟੀਰੀਅਲ ਤਾਂ ਉਹੀ ਸੀਗਾ। ਅਤੇ ਪੰਜਾਬ ਦੀ ਪੁਲਿਸ ਅਤੇ DGP ਅਤੇ ਪੰਜਾਬ ਸਰਕਾਰ ਇੱਥੇ ਸਪਸ਼ਟ ਕਰੇ ਕਿ 6 ਤਰੀਕ ਨੂੰ ਪੰਜਾਬ ਦੇ ਲੋਕਾਂ ਨੂੰ ਤੁਸੀਂ ਧੋਖਾ ਕਿਉਂ ਦਿੱਤਾ? ਫਿਰ 6 ਵਾਲਾ ਧਮਾਕਾ, ਫਿਰ 8 ਵਾਲਾ ਧਮਾਕਾ ਅਤੇ ਫਿਰ 11 ਵਾਲਾ ਅੱਜ ਵਾਲਾ ਧਮਾਕਾ, 3 ਧਮਾਕੇ ਹੋ ਗਏ ਲਗਾਤਾਰ ਅਤੇ ਪੁਲਿਸ ਜਿਹੜੀ ਆ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਕਦੀ ਮੌਕਾ ਹੈ ਵਾਰਦਾ ਅਤੇ ਪੰਜਾਬ ਪੁਲਿਸ ਜਾਂਦੀ ਹੈ, DGP ਜਾਂਦਾ ਆ, ਕਮਿਸ਼ਨਰ ਅੰਮ੍ਰਿਤਸਰ ਜਾਂਦੇ ਆ, ਵੱਡੀਆਂ ਫੋਰਸਾਂ ਲੈ ਕੇ ਜਾਂਦੇ ਆ, ਕਦੇ NSG ਆ ਜਾਂਦੀ ਹੈ, ਕਦੇ NIA ਆ ਜਾਂਦੀ ਹੈ ਅਤੇ ਐਂ ਸ਼ੋਅ ਕੀਤਾ ਜਾਂਦਾ ਕਿ ਬੜੀ ਸੀਰੀਅਸ, ਬੜੀ ਗੰਭੀਰਤਾ ਦੇ ਨਾਲ ਜਿਹੜੀ ਹੈ ਇਹ ਜਾਂਚ ਕੀਤੀ ਜਾ ਰਹੀ। ਅਤੇ ਜਾਂਚ ਦਾ ਨਤੀਜਾ ਇਹ ਆ ਕਿ ਜਿਹੜੇ ਦੋਸ਼ੀ ਨੇ ਉਹ ਸ਼ਰੇਆਮ ਵੀ ਉੱਥੇ ਹੀ ਤੁਰੇ ਫਿਰਦੇ ਆ ਜਿੱਥੇ ਉਹਨਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ। ਔਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਜੀਦਾ ਨਾ ਹੁੰਦੀ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਮੁਸ਼ਤੈਦੀ ਦੇ ਨਾਲ ਇਸ ਸੰਬੰਧੀ ਡਿਊਟੀ ਨਾ ਦੇ ਰਹੇ ਹੁੰਦੇ ਅਤੇ ਜਿਸ ਤਰ੍ਹਾਂ CCTV ਦੇ ਵਿੱਚ ਉਹਨਾਂ ਨੇ ਸਾਰਾ ਕੁਛ ਦੇਖਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਐਕਸ਼ਨ ਲਿਆ ਅਤੇ ਦੋਸ਼ੀਆਂ ਤੱਕ ਪਹੁੰਚੇ ਅਤੇ ਦੋਸ਼ੀ ਨੰਗੇ ਕੀਤੇ ਅਤੇ ਫੜ ਕੇ ਪੁਲਿਸ ਦੇ ਹਵਾਲੇ ਕੀਤੇ, ਹਾਂਜੀ। ਅਤੇ ਪੁਲਿਸ ਜਿਹੜੀ ਹੈ ਸਵੇਰੇ ਤੜਕੇ ਹੀ ਜਿਹੜਾ DGP ਸਾਹਿਬ ਨੇ ਟਵੀਟ ਕਰਤਾ ਜੀ, ਪੁਲਿਸ ਨੇ ਮਸਲਾ ਹੱਲ ਕਰਤਾ। ਪਹਿਲਾ ਟਵੀਟ ਤੁਸੀਂ DGP ਦਾ ਪੜ੍ਹੋ ਕਿ ਜਿਹੜਾ ਆ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਨੇੜੇ ਧਮਾਕੇ ਹੋਏ ਆ ਉਹਦਾ ਜਿਹੜਾ ਮਸਲਾ ਆ ਪੰਜਾਬ ਪੁਲਿਸ ਨੇ ਹੱਲ ਕਰਤਾ ਹੈ ਅਤੇ 5 ਜਿਹੜੇ ਨੇ ਦੋਸ਼ੀ ਉਹ ਗ੍ਰਿਫਤਾਰ ਕਰ ਲਏ। ਸ਼ਰਮ ਨਹੀਂ ਆਉਂਦੀ DGP? ਤੁਸੀਂ 6 ਦਿਨ ਲਗਾਤਾਰ ਧਮਾਕੇ ਹੁੰਦੇ ਰਹੇ ਆ ਅਤੇ ਤੁਸੀਂ ਸਿਵਾਏ ਭਗਵੰਤ ਮਾਨ ਦੀਆਂ ਹਦਾਇਤਾਂ ਤੋਂ, ਉਹਨਾਂ ਦੀ ਪਾਲਣਾ ਕਰਨ ਤੋਂ ਜਾਂ ਜਲੰਧਰ ਚੋਣ ਦੇ ਵਿੱਚ ਉਹਨਾਂ ਦੀ ਮਦਦ ਕਰਨ ਤੋਂ ਇਲਾਵਾ
तो तुसी इस सीरीयस मैटर के उत्ते इस गंभीर मैटर के उत्ते जिहड़ा दुनिया का सब तो पवित्र केंद्र है तो जिथे लखां दी तादाद विच लोकी आउंदे ने श्रद्धा नाल आउंदे ने उत्थे एक डर ते भय पैदा किया जा रहा होवे धमाके ते धमाका हो रहा होवे ते तुसी उत्थे सोचो ही ना। हुण जिहड़ा गल है कि दोषी फड़े गए तो उस तो बाद डी जी पी साहब प्रैस कॉन्फ्रेंस करते हैं तो फिर वार वार उही गल जी असी पांच बंदे गिरफ्तार कर ले है जी असी एक कोलो एक किलो बरूद भी बरामद कर लिया हूँ तुसी एक बंदे कोलो आफ्टर इनवैसटीगेशन आफ्टर इंटैरोगेशन तुसी किलो बरूद तो बरामद कर लिया तो तुसी पंजाब दे लोगों नू जां सिख संगत नू जां दुनिया भर के लोगों नू ये क्यों नहीं दस्या कि ये जिहड़े धमाके किए जा रहे हैं इन्हां दे पिछे मोटिव की है उन्हां दोषियों का मकसद की है क्यों वार वार जिहड़ा इत्थे जिहड़ा आ उह धमाके करदे सीगे एक तो यह नहीं स्पष्ट किया गया तो दूजा जिहड़ा आ यह भी नहीं दस्या गया कि जिहड़ा आजाद वीर सिंह है जां अमरीक सिंह है मेन दोषी तो यही ने जिहड़े ये लोग ने इन्हां दे पिछे होर किहड़ियां ताकतां ने किहड़े लोग ने जिन्हां ने इन्हां कोलों अजिहा करवाया है अजिहा करवाया है तो हुण करवाउण दे पिछे मकसद की हो सकता है मेरे वर्गा जां ताडे वर्गा जां जिहड़ा आम श्रद्धालु है वह यही अंदाजा लाऊगा कि श्री दरबार साहब आने वाली संगतां दे मनां विच भय पैदा करन लई सहम पैदा करन लई डर पैदा करन लई और पंजाब तों बाहर दे देशी विदेशी हिंदुस्तान दे कोने कोने चों आ रहे यात्रुओं दे मनां च एक दहशत पैदा करन लई कि अमृतसर दी धरती ते जिस पवित्र स्थान दे तुसीं दर्शनां वास्ते जाणा आ जिथे तुसीं यात्रु दे तौर ते जाणा उत्थे ते धमाके हो रहे हैं